ਮੇਰਾ ਨਾਮ ਕੋਮਲਜੀਤ ਸਿੰਘ ਹੈ ਜੀ, ਮੈਂ ਪਿੰਡ ਭੁੰਬਰੀ ਦਾ ਰਹਿਣ ਵਾਲਾ ਜੀ। ਪਿਛਲੇ 9 ਸਾਲਾਂ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਬਹੁਤ ਵਿਕਾਸ ਹੋਇਆ ਜੀ। ਜਦੋਂ ਦਾ ਅਕਾਲੀ ਦਲ ਦੀ ਸਰਕਾਰ ਆਈ ਹੈ ਜੀ, ਸਾਡੇ ਪਿੰਡ ਵਿੱਚ ਸਪੋਰਟਸ ਪਾਰਕ ਬਣਿਆ ਜੀ, ਬਿਜਲੀ ਘਰ ਬਣਿਆ ਜੀ, ਆਰਓ ਸਿਸਟਮ ਲੱਗਿਆ ਜੀ, ਸੇਵਾ ਕੇਂਦਰ ਬਣਿਆ ਜੀ, ਗੁਰਦੁਆਰਾ ਸਾਹਿਬ ਬਹੁਤ ਵਧੀਆ ਬਣਾਇਆ ਗਿਆ ਜੀ। ਕਦੇ ਇਸ ਗਰਾਊਂਡ ਦੇ ਵਿੱਚ 4 ਜਾਂ 5 ਮੁੰਡੇ ਵੀ ਨਹੀਂ ਸੀ ਖੇਡਣ ਆਉਂਦੇ, ਅੱਜ ਸ਼ਾਮ ਨੂੰ 40 ਜਾਂ 50 ਮੁੰਡੇ ਸੀ ਡੇਲੀ ਖੇਡਦੇ ਆ ਜੀ। ਬੱਚੇ ਨਸ਼ਿਆਂ ਤੋਂ ਦੂਰ ਜਾ ਕੇ ਜੀ ਖੇਡ ਵੱਲ ਲੱਗੇ ਆ ਜੀ। ਸਮੁੱਚੀ ਲੀਡਰਸ਼ਿਪ ਸਾਡੀ ਅਕਾਲੀ ਦਲ ਦੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ, ਸੁਖਬੀਰ ਸਿੰਘ ਬਾਦਲ ਜੀ ਅਤੇ ਸਾਡੇ ਹਲਕੇ ਦੇ MLA ਸਰਦਾਰ ਮਨਪ੍ਰੀਤ ਸਿੰਘ ਵਾਲੀ ਜੀ, ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸਤਿ ਸ਼੍ਰੀ ਅਕਾਲ।